ਇਹ ਸੀਸੀਟੀਵੀ ਤਸਵੀਰਾਂ ਤਰਨਤਾਰਨ ਦੇ ਪਿੰਡ ਪਲਾਸੌਰ ਦੀਆਂ ਨੇ ਜਿੱਥੇ ਦਿਨ ਦਿਹਾੜੇ ਤਿੰਨ ਨੌਜਵਾਨਾਂ ਦੇ ਵੱਲੋਂ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਤਿੰਨ ਨੌਜਵਾਨ ਹੱਥਾਂ 'ਚ ਹਥਿਆਰ ਲੈ ਕੇ ਪੈਟਰੋਲ ਪੰਪ ਤੇ ਆਉਂਦੇ ਨੇ ਤੇ ਫਿਰ ਪੈਟਰੋਲ ਪੰਪ ਤੇ ਕੰਮ ਕਰ ਰਹੇ ਵਿਅਕਤੀ ਨੂੰ ਕਹਿੰਦੇ ਨੇ ਕਿ ਜਿੰਨੇ ਵੀ ਪੈਸੇ ਤੇਰੇ ਕੋਲ ਹੈਗੇ ਨੇ ਉਹ ਸਾਨੂੰ ਦੇ ਦੇ। ਜਦੋਂ ਵਿਅਕਤੀ ਪੈਸੇ ਦੇਣ ਤੋਂ ਇਨਕਾਰ ਕਰਦਾ ਤਾਂ ਫਿਰ ਇਹਨਾਂ ਦੇ ਵੱਲੋਂ ਫਾਇਰਿੰਗ ਵੀ ਕੀਤੀ ਜਾਂਦੀ ਹੈ। ਰਾਹਤ ਦੀ ਗੱਲ ਇਹ ਹੈ ਕਿ ਕਿਸੇ ਵੀ ਤਰੀਕੇ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਹ ਤਿੰਨੇ ਨੌਜਵਾਨ ਕਰੀਬ 13,000 ਰੁਪਿਆ ਲੁੱਟ ਕੇ ਫਰਾਰ ਹੋ ਜਾਂਦੇ ਨੇ। ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਕਿ ਕਿਸ ਤਰੀਕੇ ਦੇ ਨਾਲ ਤਿੰਨੇ ਨੌਜਵਾਨ ਪੈਟਰੋਲ ਪੰਪ ਤੇ ਆਉਂਦੇ ਨੇ। ਕਰਿੰਦਾ ਆਪਣੇ ਧਿਆਨ ਕੰਮ ਕਰ ਰਿਹਾ ਹੁੰਦਾ ਹੈ, ਮੋਟਰਸਾਈਕਲ ਦੇ ਵਿੱਚ ਤੇਲ ਪਾ ਰਿਹਾ ਹੁੰਦਾ, ਪਰ ਜਿਵੇਂ ਹੀ ਇਹ ਵਿਅਕਤੀ ਆਉਂਦੇ ਨੇ ਤਾਂ ਇਹ ਪਿਸਤੌਲ ਵਿਖਾਉਂਦੇ ਨੇ ਪੈਟਰੋਲ ਪੰਪ ਤੇ ਕੰਮ ਕਰ ਰਹੇ ਵਿਅਕਤੀ ਨੂੰ। ਫਿਰ ਇਹਨਾਂ ਵਿਚਾਲੇ ਹੱਥੋਂ ਪਾਈ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਕਰੀਬ 13,000 ਰੁਪਇਆ ਖੋ ਕੇ ਫਰਾਰ ਹੋ ਜਾਂਦੇ ਨੇ। ਇਸ ਤਰ੍ਹਾਂ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਵੀ ਹੁੰਦੀਆਂ ਨੇ ਕਿ ਆਖਿਰ ਕਿਉਂ ਨੌਜਵਾਨ ਇਸ ਰਾਹੇ ਪਏ ਨੇ, ਕਿਉਂ ਨੌਜਵਾਨ ਲਗਾਤਾਰ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਸੋ ਕਿਉਂ ਪੂਰੀ ਘਟਨਾ ਕਿਸ ਤਰੀਕੇ ਦੇ ਨਾਲ ਵਾਪਰੀ ਹੈ ਉਹ ਪੂਰੀ ਜਾਣਕਾਰੀ ਜਿਹੜੀ ਹੈ ਪੈਟਰੋਲ ਪੰਪ ਤੇ ਕੰਮ ਕਰ ਰਹੇ ਵਿਅਕਤੀ ਅਤੇ ਪੈਟਰੋਲ ਪੰਪ ਦੇ ਮਾਲਕ ਵੱਲੋਂ ਦਿੱਤੀ ਜਾ ਰਹੀ ਹੈ। ਇਹ ਭਾਈ ਆਪਣਾ ਨਾਮ ਮੇਰਾ ਓਮਕਾਰ ਸਿੰਘ ਆ ਅਤੇ ਪੰਪ ਸਾਡਾ ਪੰਜਾਬ ਪੈਟਰੋਲ ਫਿਲਿੰਗ ਸਟੇਸ਼ਨ ਦੇ ਅਤੇ ਭਾਜੀ ਹੁੰਦੀ ਹੈ ਜੀ ਬਲਜੀਤ ਸਿੰਘ ਭਾਜੀ ਹੁਣ ਪਿੰਡ ਪਿੰਡਾ ਸਿੰਘ ਕੱਲ੍ਹ ਜਿਹੜੀ ਘਟਨਾ ਵਾਪਰੀ ਹੈ ਕਿੰਨੇ ਕੁ ਲੋਕ ਦੇਖਿਆ ਸੀ ਇਸ ਚੀਜ਼ ਵਿੱਚ ਕਾਫ਼ੀ ਜ਼ਿਆਦਾ ਘੋਲ ਹੁੰਦਾ ਸੀ ਲੁਟੇਰਿਆਂ ਕਰਾਉਣਾ ਅਤੇ ਕਿੰਨੇ ਵਜੇ ਘਟਨਾ ਕਿਤੇ ਕੀ ਮਸਾਲਾ ਭਾਜੀ ਮੇਰੇ ਤੋਂ ਕਸਟਮਰ ਲੱਗੇ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਵੇਖੋ ਕਿ ਤਿੰਨ ਚਾਰ ਕਸਟਮਰ ਲੱਗੇ ਸੀ ਤੇਲ ਵਾਸਤੇ ਅਤੇ ਮੈਂ ਪਾ ਰਿਹਾ ਤੇਲ ਅਤੇ ਉਹ ਤਿੰਨ ਜਣੇ ਆਏ ਬਾਈਕ 'ਤੇ ਅਤੇ ਮੈਂ ਤਾਂ ਆਪਣੀ ਵੱਲੋਂ ਹੀ ਤੇਲ ਪਾਉਣ ਵਾਸਤੇ ਹੀ ਆਏ ਆਪਣੇ ਤੋਂ ਅਤੇ ਉਹਨਾਂ ਨੇ ਪਿਸਟਲ ਪਿੱਛੋਂ ਹੀ ਉਹ ਅਸੀਂ ਬਾਅਦ ਵਿੱਚ ਵੇਖਿਆ ਸੀ ਸੀ ਟੀ ਵੀ ਕੈਮਰੇ 'ਚ ਕਿ ਉਹ ਪਿੱਛੋਂ ਹੀ ਪਿਸਟਲ ਜਿਹੜਾ ਹੱਥ 'ਚ ਫੜ ਕੇ ਲੈ ਕੇ ਆਉਂਦਾ ਸੀ ਅਤੇ ਉਹਨਾਂ ਨੇ ਪਿਸਟਲ ਜਿਹੜਾ ਸੀ ਆ ਗਏ ਅਤੇ ਸਿੱਧਾ ਮੇਰੇ ਨਾਲ ਘੋਲ ਕਰਨਾ ਚਾਲੂ ਕਰਤਾ ਅਤੇ ਮੈਂ ਉਹਨਾਂ ਨਾਲ ਪੂਰੀ ਜਦੋਜਹਿਦ ਕੀਤੀ ਅਤੇ ਉਹਨਾਂ ਨੇ ਗੋਲੀ ਵੀ ਚਲਾਈ ਮੇਰੇ ਪੈਰ 'ਤੇ ਲੱਤ 'ਤੇ ਮਾਰਨ ਵਾਸਤੇ। ਮੈਂ ਆਪਣਾ ਬਚਾਅ ਅਤੇ ਪਰੇ ਭੱਜਿਆ ਵਾਂ, ਕੈਮਰੇ ਦੇ ਵਿੱਚ ਪੂਰੀ ਰਿਕਾਰਡਿੰਗ ਹੈਗੀ ਆ। ਅਤੇ ਕਿੰਨੇ ਦੇ ਪੈਸੇ ਲੁੱਟ ਕੇ ਲੈ ਗਏ? ਪੈਸੇ ਸਰ ਮੇਰੇ ਹੱਥ ਦੇ ਵਿੱਚ ਹੈਗੇ ਜੀ 13,800 ਕੁਛ ਰੁਪਈਏ ਸੀ। ਹਾਂਜੀ, ਕਿਉਂਕਿ ਮੈਂ ਪੂਰੀ ਕੋਸ਼ਿਸ਼ ਕੀਤੀ ਸੀ ਪਰ ਫਿਰ ਵੀ ਉਹ ਜਦੋਂ ਉਹਨਾਂ ਨੇ ਗੋਲੀ ਚਲਾਈ, ਗੋਲੀ ਚਲਾਉਣ ਤੋਂ ਬਾਅਦ ਮਤਲਬ ਤਿੰਨ ਜਣੇ ਸੀ ਉਹ ਮੈਂ ਇਕੱਲਾ। ਪੁਲਿਸ ਵੱਲੋਂ ਉਹ ਆਪਣਾ ਮਤਲਬ ਕਾਰਵਾਈ ਕਰਦੇ ਪਏ। ਅਸੀਂ ਰਾਤੀ 9:30 ਤੱਕ ਸਟੇਸ਼ਨ ਪੁਲਿਸ ਸਟੇਸ਼ਨ ਘੋੜਾ ਚੌਂਕੀ ਉਹਨਾਂ ਨੇ ਕੈਮਰੇ ਚੈੱਕ ਕੀਤੇ ਆ, ਜਿੱਧਰ ਜਿੱਧਰ ਉਹ ਜਾ ਰਿਹਾ ਉੱਧਰ ਉੱਧਰ ਦੇ ਕੈਮਰੇ ਉਹ ਚੈੱਕ ਕਰਦੇ ਪਏ ਆ ਨਾਲ ਨਾਲ ਜਿੱਥੇ ਤੱਕ ਮੈਨੂੰ ਚੈੱਕ ਕੀਤੇ ਆ। ਮੇਰਾ ਨਾਮ ਜੀ ਬਿਪਿਨ ਸਿੰਘ ਹੈ ਜੀ। ਸਰ ਪਤਾ ਲੱਗਿਆ ਕੱਲ੍ਹ ਸ਼ਾਮ ਇੱਕ ਵਾਰ ਤੋਂ ਤੁਹਾਡੇ ਪੈਟਰੋਲ ਪੰਪ ਲੁੱਟ ਦਾ ਗਰੋਹ ਪਿਆ ਵਾ ਅਤੇ ਕੀ ਘਟਨਾ ਵਾਪਰੀ, ਕਿੰਨੇ ਵਜੇ ਕਰਤਾ? ਹਾਂਜੀ ਵੀਰੀ, ਇਹ ਨਾ ਆਪਣੇ 3:39 'ਤੇ ਤਿੰਨ ਨੌਜਵਾਨ ਆਏ ਆਪਣੇ ਇੱਥੇ ਪੰਪ ਦੇ ਮੋਟਰਸਾਈਕਲ ਦੇ ਉੱਤੇ ਸੀ ਡੀ ਡਿਲੈਕਸ 'ਤੇ ਅਤੇ ਆਉਂਦੇ ਉਹਨਾਂ ਦੇ ਹੱਥ 'ਚ ਪਹਿਲੇ ਹੀ ਪਿਸਤਲ ਉਹਨਾਂ ਬਾਹਰ ਕੱਢਿਆ ਅਤੇ ਕੱਢ ਕੇ ਆਉਂਦੇ ਨਾ ਮੁੰਡੇ ਦੀ ਗਰਦਨ ਦੇ ਉੱਤੇ ਆਪਣਾ ਰੱਖਤਾ ਪਿਸਤਲ ਕਿ ਜਿੰਨੇ ਵੀ ਤੇਰੇ ਹੱਥ 'ਚ ਪੈਸੇ ਹੈਗੇ ਆ ਅਤੇ ਤੂੰ ਸਾਨੂੰ ਦੇ ਦੇ ਅਤੇ ਇਹ ਅੱਗੋਂ ਥੋੜ੍ਹਾ ਜਿਹਾ ਜਿੱਦ ਪਿਆ ਉਹਨਾਂ ਨਾਲ ਕਿ ਮੈਂ ਨਹੀਂ ਦੇਣੇ ਪੈਸੇ ਅਤੇ ਉਹਨਾਂ ਇਹਦੇ ਆਪਣਾ ਕਰਕੇ ਫੈਰ ਇੱਕ ਇਹਦੇ ਵੱਲ ਮਾਰਿਆ ਅਤੇ ਉਹ ਬਚਾਅ ਹੋ ਗਿਆ ਇਹਦੇ ਵੱਜਿਆ ਨਹੀਂ ਫੈਰ ਅਤੇ ਤਕਰੀਬਨ ਇਹਨਾਂ ਬਾਅਦ 'ਚੋਂ ਘੁਲਦੇ ਰਹੇ ਵੀਡੀਓ ਤਾਂ ਆਪਾਂ ਤੁਹਾਨੂੰ ਪੁੱਛੀ ਤੁਸੀਂ ਅਤੇ ਇਹਦੇ ਫਿਰ ਉਹਨਾਂ ਆਪਣਾ ਲੜ ਲੁੜ ਕੇ ਇਹਦੇ ਹੱਥੋਂ ਪੈਸੇ ਖੋਏ ਅਤੇ ਫਿਰ ਮੋਟਰਸਾਈਕਲ 'ਤੇ ਸਵਾਰ ਹੋ ਗਏ ਤਿੰਨੇ ਜਾਣੇ ਆਪਣਾ ਤਰਨ ਤਾਰਨ ਨੂੰ ਆਪਣਾ ਚਲ ਗਏ। ਅਤੇ ਕਿੰਨੇ ਪੈਸੇ ਲੈ ਕੇ ਹੋ ਗਏ? ਜੀ ਆਪਣੇ ਕੋਲ ਤਕਰੀਬਨ 13,000 ਰੁਪਇਆ ਇਹਦੇ ਹੱਥ 'ਚ ਅਤੇ 13,000 ਰੁਪਇਆ ਲੈ ਗਏ। ਹਾਂਜੀ ਵੀਰ ਜੀ, ਪਹਿਲਾਂ ਵੀ ਲੁੱਟ ਹੋਈ ਆਪਣੇ, ਪਹਿਲਾਂ ਵੀ ਇਸੇ ਮੁੰਡੇ ਕੋਲੋਂ ਆਪਣਾ 21,000 ਰੁਪਇਆ ਖੋ ਕੇ ਲੈ ਗਏ, ਉਹ ਗੱਡੀ ਦੇ ਹੀ ਨੌਜਵਾਨ। ਇਹ ਤਾਂ ਵੀਰ ਜੀ ਇੱਥੇ ਤਾਂ ਬਹੁਤਾ ਜ਼ਿਆਦਾ ਹੀ ਮਾਹੌਲ ਖਰਾਬ ਹੋਇਆ ਸੀਗਾ, ਮਤਲਬ ਆਪਾਂ ਖੁੱਲ੍ਹ ਕੇ ਕੰਮ ਨਹੀਂ ਕੋਈ ਕਰ ਸਕਦੇ ਸੀ। ਸਕਿਉਰਿਟੀ ਗਾਰਡ ਵਗੈਰਾ ਵੀ ਦੱਸ ਦਿੰਦੇ ਕਿੱਦਾਂ ਕਰਦੇ? ਸਕਿਉਰਿਟੀ ਗਾਰਡ ਸਰ ਆਪਾਂ ਕੀਤਾ ਹੋਇਆ ਵਾ ਅਪਲਾਈ ਅਤੇ ਲੱਭ ਰਹੇ ਹਾਂ ਕੋਈ ਨਾ ਕੋਈ ਆਪਣਾ ਆਪਣਾ ਫੌਜੀ ਰਿਟਾਇਰ ਵੀਰ ਕੋਈ ਮਿਲੇ। ਪੁਲਿਸ ਆਈ? ਹਾਂਜੀ ਪੁਲਿਸ ਆਈ ਹੈ, ਪੁਲਿਸ ਉਸੇ ਵੇਲੇ ਆ ਗਈ ਜੀ। ਪੁਲਿਸ ਦਾ ਕੀ ਕਾਰਵਾਈ ਕੀਤੀ ਹੁਣ ਤੱਕ? ਪੁਲਿਸ ਆਪਣਾ ਕੈਮਰੇ ਕੁਮਰੇ ਉਹਨਾਂ ਖੋਲ੍ਹੇ ਆ ਅਤੇ ਲੱਭ ਰਹੇ ਆ ਜੀ।